देख गए हैं। ਬੇਲੀਓ ਕੀ ਹਾਲ, ਉਮੀਦ ਕਰਨਾ ਵੀ ਸਾਰੇ ਠੀਕ ਹੋਣਗੇ। ਅੱਜ ਦਾ ਵਲੋਗ ਕਰਨੇ ਸ਼ੁਰੂ, ਅੱਜ ਸਾਡੀ ਸ਼ਾਦੀ ਦਾ ਤੀਸਰਾ ਦਿਨ ਹੈ। ਤੀਸਰੇ ਦਿਨ ਵਿੱਚ ਅੱਜ ਦਾ ਪ੍ਰੋਗਰਾਮ ਹੈ ਜੀ ਵਲੀਮੇ ਦਾ, ਅਤੇ ਵਲੀਮੇ ਦਾ ਪ੍ਰੋਗਰਾਮ ਥੋੜ੍ਹੀ ਦੇਰ ਤੀਕਰ ਹੋ ਜਾਣਾ ਸ਼ੁਰੂ, ਅਤੇ ਸਮਾਨ ਸਮੂਨ ਖੜਨ ਡੇ ਨੇ, ਬੇਲੀ ਦੇਗਾ ਪੱਕਣੀਆਂ ਨੇ, ਅਤੇ ਸਾਰਾ ਇੰਤਜ਼ਾਮ ਕਰ ਰਹੇ ਹਾਂ। ਮੇਰੇ ਪਿੱਛੇ ਆ ਰਕਸ਼ਾ, ਇਹਦੇ ਵਿੱਚ ਅਸੀਂ ਕੁਰਸੀਆਂ ਲੈ ਕੇ ਜਾ ਰਹੇ ਹਾਂ ਉੱਥੇ ਜਿੱਥੇ ਟੈਂਟ ਲਾ। ਅਤੇ ਉਸ ਤੋਂ ਪਹਿਲੇ ਸਾਡੀ ਵੀਡੀਓ ਵਾਚ ਕਰਨ ਤੋਂ ਪਹਿਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਜੇ, ਅੱਛੇ ਅੱਛੇ ਕਮੈਂਟ ਕਰਿਆ ਜੇ, ਲਾਈਕ ਕਰਿਆ ਜੇ, ਤੁਹਾਡੀ ਬੜੀ ਮਿਹਰਬਾਨੀ। ਅਸੀਂ ਹੁਣ ਕਰ ਲੱਗੇ ਹਾਂ ਤਿਆਰੀ ਵਲੀਮੇ ਵਾਸਤੇ, ਫਿਰ ਆਓ ਬਾਕੀ ਦੀ ਵੀਡੀਓ ਤੁਹਾਨੂੰ ਉੱਥੇ ਜਾ ਕੇ ਤੁਹਾਨੂੰ ਬਾਕੀ ਦਾ ਮਾਹੌਲ ਚੈੱਕ ਕਰਾਂਗੇ। ਮਾਸ਼ਾਅੱਲਾ ਮਾਸ਼ਾਅੱਲਾ ਜੀ, ਮੈਂ ਹੋ ਗਿਆ ਤਿਆਰ ਰੈਡੀ ਵਲੀਮੇ ਵਾਸਤੇ, ਅਤੇ ਬਾਕੀ ਦਾ ਸਾਡਾ ਅਮਲਾ ਤਸਵੀਰਾਂ ਖਿੱਚਣ 'ਤੇ ਹੋਇਆ, ਤੁਹਾਨੂੰ ਚੈੱਕ ਕਰਾਉਣਾ। ਆ ਰਿਜ਼ਵਾਨ ਮਲਿਕ ਚਾਹ ਨੂੰ ਜੁੜਿਆ, ਪਤਾ ਨਹੀਂ ਕਦੋਂ। ਮੁੰਨਾ ਤਿਆਰ ਹੈ? ਯੈਸ ਰੈਡੀ ਯੈਸ। ਉਹ ਵਿਆਹ ਵਾਲੀ ਵੇਖੀ ਵੀਡੀਓ? ਨਹੀਂ, ਮੈਂ ਚੜ੍ਹਾਤੀ। ਅਸੀਂ ਹੁਣ ਸਾਰੇ ਮਾਸ਼ਾਅੱਲਾ ਵਲੀਮੇ ਵਾਸਤੇ ਰੈਡੀ ਹਾਂ, ਬਸ ਤਿਆਰੀ ਫੁੱਲ ਰੂਜ 'ਤੇ ਆ, ਜਾਣ ਵਾਲੇ ਹਾਂ। ਉੱਥੇ ਪਹੁੰਚ ਕੇ ਤੁਹਾਨੂੰ ਅਸੀਂ ਆਪਣੇ ਹਾਲ ਦਾ ਵਿਜ਼ਿਟ ਕਰਾਉਂਦੇ ਹਾਂ, ਆਪਣੇ ਨਾਈਆਂ ਦਾ ਵਿਜ਼ਿਟ ਕਰਾਉਂਦੇ ਹਾਂ, ਦੇਗਾਂ ਦਾ ਕਰਾਉਂਦੇ ਹਾਂ, ਸਾਰਾ ਮਾਹੌਲ ਵਿਖਾਉਂਦੇ ਹਾਂ ਜੀ। ਪੰਜਾਬ ਵਿੱਚ ਦੇਸੀ ਵਿਆਹ ਕਿਵੇਂ ਦੇ ਹੁੰਦੇ ਨੇ? ਯੈਸ ਲਾਹੌਰ ਦੀ ਸੁਣਾ, ਠੀਕ ਹੈ ਆਪਣੀ ਥਾਂ 'ਤੇ? ਇਹ ਲਾਹੌਰੋਂ ਆਇਆ ਜੀ ਸ਼ਹਿਜ਼ਾਦਾ। ਲਾਹੌਰ ਇੱਥੋਂ ਹੈਗਾ ਤਕਰੀਬਨ 450 ਕਿਲੋਮੀਟਰ ਸਾਡੇ ਇੱਥੋਂ ਨਾਲੇ, ਅਤੇ ਬਾਕੀ ਦਾ ਮਾਹੌਲ ਹੈ। ਇੱਥੇ ਬਾਜ਼ਾਰ 'ਚ ਰੌਣਕਾਂ ਲੱਗੀਆਂ ਨੇ, ਤੁਹਾਨੂੰ ਪਤਾ ਵਿਆਹ 'ਤੇ ਨਿਆਣੇ ਨਿਆਣੇ ਇੰਨੇ ਇਕੱਠੇ ਹੁੰਦੇ ਨੇ ਨਾ, ਅਤੇ ਕੋਈ ਚਟਪਟੀ ਚਾਟ ਕਿੱਥੋਂ ਦੇ ਦਿਆ, 500 ਖੁੱਲ੍ਹਾ ਹੈ ਨਹੀਂ ਭੋਜਨ ਆਸਫ ਮਾਲਕ, ਮੇਰੇ ਕੋਲ ਕੋਈ ਨਹੀਂ ਖੁੱਲ੍ਹੇ, ਅਤੇ ਤੁਸੀਂ ਉੱਥੇ ਲੈ ਲੈਣੇ ਚਾਟ ਬਣ ਰਿਹਾ ਜੀ। ਜ਼ਬਰਦਸਤ ਕਿਸਮ ਦੇ ਆਲੂ ਕੱਟੇ ਜਾ ਰਹੇ ਨੇ, ਚਨੇ ਭੁੱਜੇ ਪਏ ਨੇ, ਉਬਲੇ ਹੋਏ ਨੇ ਬਲਕਿ। ਇਹ ਚਨਾ ਚਾਟ, ਇੱਧਰ ਫਰੂਟ ਚਾਟ ਹੈ। ਇਹਨੂੰ ਬੜਾ ਰੰਗ ਚੜਾਇਆ ਅੱਜ, ਇਹਨੂੰ ਰੰਗ ਚੜਾਉਣਾ ਪੈਂਦਾ, ਲਾਲ ਕਾਲੇ ਸੇਬ ਕੇਲੇ। ਇਹ ਕੀ ਪਾਇਆ ਵਿੱਚ? ਸੇਬ ਕੇਲਾ ਅਨਾਰ ਅਮਰੂਦ। ਸੇਬ ਕੇਲਾ ਅਨਾਰ ਅਮਰੂਦ, ਬਾਬੇ ਦੇ ਕੰਮ ਚੈੱਕ ਕਰ ਲਓ। ਮਾਸ਼ਾਅੱਲਾ ਲਓ ਸਾਰਾ ਮੁੰਨਾ ਸਾਨੂੰ ਵਿਜ਼ਿਟ ਕਰਾ ਰਿਹਾ ਜੀ। ਮੁੰਨਾ ਇੱਧਰ ਕੀ ਇੱਧਰ ਕੀ ਹੈ? ਗਿਫਟ, ਇਹ ਗਿਫਟ, ਉਹ ਬਾਲੂ, ਆਹ ਬਾਲੂ ਸੋਹਣਾ ਪਰਲਾ ਹਨਾ, ਕਿੰਨੇ ਦਾ? ਫਰੂਟ ਚਾਟ ਦੀ ਤਸਵੀਰ ਬਣਾ ਲਈ ਹੈ, ਸਾਨੂੰ ਆਵਾਜ਼ ਵੀ ਬਣਾ ਕੇ ਦਿਓ ਨਾ, ਆਵਾਜ਼ ਬਣਾ ਲਾਂਗੇ। ਅਸਲਾਮ ਅਲੈਕੁਮ ਆ ਜੀ, ਔਰ ਇੱਧਰ ਸਾਡਾ ਬੇਲੀ ਚਿਪਸ ਨੂੰ ਲੱਗਾ ਹੈ ਜੀ। ਮੈਂ ਵੀਡੀਓ ਬਣਾ ਬਣਾ ਸੈਂਡ ਕਰਨ ਲੱਗੇ।
ਇਮਰਾਨ ਖਾਨ ਨੂੰ ਵੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਭਾਈ? ਮਾਸ਼ਾਅੱਲਾ ਜੀ ਮਿਹਨਤ ਕਰ ਰਹੇ ਨੇ, ਆ ਜੀ ਚਿੱਪਸ ਬਣ ਰਹੀ ਫੁੱਲ ਮਾਹੌਲ ਇੰਜੋਏਮੈਂਟ ਦਾ ਹੈ ਜੀ। ਕਾਂ ਬੈਠੇ ਉੱਡ ਰਹੇ ਨੇ, ਆ ਸਾਰੇ ਬੇਲੀ ਮੋਟਰਸਾਈਕਲਾਂ 'ਤੇ ਆਏ ਨੇ ਆਪਣਾ ਰੋਜ਼ੀ ਪਿੱਛੇ। ਬੱਚੇ ਜੀ ਚਨਾ ਚਾਟ ਪਿੱਛੇ ਲੱਗੇ ਨੇ, ਚਨਾ ਚਾਟ ਖਾਣ ਲੱਗੇ ਨੇ। ਲਾਹੌਰ ਵਾਲਾ ਅਸੀਂ ਜਾ ਰਹੇ ਹਾਂ ਵਲੀਮਾ ਹਾਲ 'ਚ ਆਪਣੇ, ਇੱਥੇ ਨਜ਼ਦੀਕ ਹੀ ਹੈ, ਪੈਦਲ ਹੀ ਜਾਣਾ ਸਾਡੇ ਗੱਲਾਂ ਮੰਡੀ ਹੈ, ਉੱਥੇ ਅਸੀਂ ਜਾ ਰਹੇ ਹਾਂ। ਮੁੰਨੇ ਹੋਰ ਸੁਣਾ, ਮਾਮਲਾ ਠੀਕ ਨੇ? ਤੂੰ ਕੁਛ ਕਹਿਣਾ ਚਾਹੇਗਾ? ਲਾਈਕ ਕਰ ਦਿਓ। ਵੇਖ ਲਓ ਜੀ, ਨਿਕਾ ਜਿਹਾ ਨਿਆਣਾ ਕਹਿੰਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਅਤੇ ਲਾਈਕ ਵੀ ਕਰ ਦਿਓ। ਅਤੇ ਅਸੀਂ ਜਾ ਰਹੇ ਹਾਂ ਹੁਣ ਵਲੀਮੇ ਹਾਲ 'ਤੇ, ਬਾਕੀ ਤੁਹਾਡਾ ਉੱਥੇ ਪਹੁੰਚ ਕੇ ਬਾਕੀ ਦਾ ਧਿਆਨ ਮਾਹੌਲ ਵਿਜ਼ਿਟ ਕਰਾਂਗੇ। ਵੱਲਾ ਮਾਸ਼ਾਅੱਲਾ, ਅਸੀਂ ਆਪਣੇ ਵਲੀਮਾ ਹਾਲ 'ਤੇ ਪਹੁੰਚ ਗਏ ਹਾਂ, ਸਾਡੇ ਪਿੱਛੇ ਸਾਡਾ ਟੈਂਟ ਲੱਗਾ ਹੈ, ਅਤੇ ਇੱਧਰ ਸਾਡੇ ਚਾਚੂ ਜਾਨ, ਤਾਇਆ ਜਾਨ, ਭਾਈ ਜਾਨ ਅਤੇ ਦੋਸਤ, ਫਰੈਂਡ, ਛੋਟਾ ਭਾਈ, ਵੱਡਾ ਭਾਈ ਸਾਰੇ ਇੱਥੇ ਨੇ। ਉਹ ਸਾਹਮਣੇ ਰਾਜਾ ਸਾਹਿਬ ਦੇਗਾਂ ਖੜਕਾ ਰਹੇ ਨੇ ਪੂਰੇ ਭਾਰ ਨਾਲ, ਤੈਨੂੰ ਚੈੱਕ ਕਰਾਉਣਾ ਹੈ ਦੇਗਾਂ ਬੱਕਰੀਆਂ ਪਿੱਛੇ ਵਲੀਮੇ ਦੀ ਗੋਸ਼ਤ ਦੀਆਂ। ਮੇਰੇ ਖਿਆਲ ਹੈ ਨੇ 10 ਦੇਗਾਂ ਗੋਸ਼ਤ ਦੀਆਂ ਜੀ, ਅਤੇ 4 ਚਾਪ ਹੈ, 200 ਬੰਦੇ ਦਾ ਰੇਂਜ ਹੈ ਜਿਹੜਾ ਅਸੀਂ ਪੂਰਾ ਕਰ। ਮਸ਼ਾਅੱਲਾ ਕੰਮ ਤਕਰੀਬਨ ਰੈਡੀ ਹੈ, ਹੁਣ ਬਸ ਦੋਸਤ ਮਹਿਮਾਨ ਜਿਹੜੇ ਬੁਲਾਏ ਨੇ ਉਹ ਆਉਣਗੇ ਅਤੇ ਕੰਮ ਸ਼ੁਰੂ ਹੋ ਜਾਏਗਾ ਖਾਣ ਪੀਣ ਦਾ। ਤੈਨੂੰ ਹੁਣ ਮਾਹੌਲ ਵਹਾਨੇ ਆ, 2 ਦੇਗਾਂ ਦਮ 'ਤੇ ਲਾ ਤੀਆਂ ਨੇ, ਗੋਲਾ ਛੋਲਾ ਲਾ ਕੇ ਐਂ ਟਿਕਾਣੇ 'ਤੇ, ਬਾਕੀ ਹਜੇ ਬਣਨ ਦੀਆਂ ਧੂੰਆਂ ਪੈਣ ਡਿਆ ਅੱਖਾਂ 'ਚ। ਮਾਹੌਲ ਮਾਸ਼ਾਅੱਲਾ, ਉਹ ਸਾਹਮਣੇ ਸਾਡੇ ਵੇਟਰ, ਉਹ ਬੈਕ ਸਾਈਡ 'ਤੇ ਵੇਟਰ ਬੈਠੇ ਨੇ, ਬਰਤਨ ਧੋ ਰਹੇ ਨੇ, ਆਪਣਾ ਕੰਮ ਸ਼ੰਮ ਕਰ ਰਹੇ ਨੇ, ਵੇਖ ਰਹੇ ਨੇ ਇਹਨਾਂ ਨੇ ਸਾਨੂੰ ਖਾਣਾ ਖਵਾਉਣਾ। ਸਾਡੇ ਰਾਜਾ ਸਾਹਿਬ ਮਟਰ ਗਾਜਰਾਂ ਧੋ ਜੀ, ਮੁਰਗਾ ਜੀ ਦੇਗਾਂ 'ਚ ਪਾਇਆ ਪਿਆ, ਅੱਧੀਆਂ ਪੱਕ ਗਈਆਂ, ਅੱਧੀਆਂ ਰਹਿ ਗਈਆਂ। ਆ ਸਾਰਾ ਸਮਾਨ, ਬੱਗਾ ਜੀ ਰੂਟ ਆਪਣਾ ਚੈੱਕ ਕਰ ਰਹੇ ਨੇ। ਚਿਦਰੀ ਗਾਜਰਾਂ ਨੂੰ ਟੋਕਾ ਫੇਰੀ ਜਾ ਰਿਹਾ ਹੈ, ਸਾਡਾ ਹਾਲ ਲੱਗਾ ਹੋਇਆ ਜੀ। ਦੋਸਤ ਆਉਣ ਲੱਗ ਪਏ ਨੇ, ਕਾਫੀ ਵੱਡਾ ਹਾਲ ਹੈ, 200-250 ਬੰਦੇ, 200-300 ਬੰਦੇ ਦਾ ਨਿਜ਼ਾਮ ਚਲਾਉਣਾ ਇਨਸ਼ਾਅੱਲਾ। ਬੰਦੇ ਨਿਕਲ ਰਹੇ ਨੇ ਹਾਲ 'ਚ,
ਤੂੰ ਸੈੱਟ ਤੇ ਖੋਲ ਆਪਣਾ। ਚਾਚੇ ਰਮਜ਼ਾਨ ਨੇ ਮਾਸ਼ਾਅੱਲਾ ਜੀ ਤਕਰੀਬਨ 8 ਦੇਗਾਂ ਪੱਕ ਗਈਆਂ ਨੇ, ਕੋਈ 4-5 ਰਹਿ ਗਈਆਂ ਨੇ। ਗੋਸ਼ਤ ਵਾਲੀਆਂ ਮੁਰਗੇ ਦੀਆਂ ਨੇ, ਛੇਤੀ ਤਿਆਰ ਹੋ ਜਾਂਦੀਆਂ। ਫਿਰ ਕੰਮ ਇਨਸ਼ਾਅੱਲਾ ਸਟਾਰਟ ਕਰ ਦੇਣਾ, ਬੇਲੀਆਂ ਰੋਟੀ ਖਵਾਉਣ ਲੱਗ ਪੈਣੀ ਹੈ। ਬੰਦੇ ਕਾਹਲੇ ਪੈ ਰਹੇ ਨੇ, ਪਿੱਛੇ ਸਕੂਲ ਛੁੱਟੀ ਹੋਈ ਆ, ਇਹ ਉਹ ਸਾਹਮਣੇ ਸਕੂਲ ਹੈ ਸਾਡੇ। ਮੈਂ ਵੀ ਇੱਥੇ ਪੜ੍ਹਿਆ, ਤਕਰੀਬਨ 5 ਸਾਲ ਇੱਥੇ ਪੜ੍ਹਿਆ ਮੈਂ। ਮੇਰੇ ਉਸਤਾਦ ਨੇ ਮਾਸ਼ਾਅੱਲਾ ਬਹੁਤ ਅੱਛਾ ਇੱਥੇ ਨਿਜ਼ਾਮ ਸਿਸਟਮ ਹੈ ਸਕੂਲ ਦੀ ਪੜ੍ਹਾਈ ਦਾ, ਬਹੁਤ ਯਾਦਾਂ ਨੇ ਸਕੂਲ ਦਾ। ਅਤੇ ਚਾਚੇ ਹਰੀ ਕਾਹਲੀ 'ਚ ਲੱਗੇ ਨੇ, ਦੇਗਾਂ ਠੰਡ ਠੰਡ ਖੜਕਾਈ ਜਾ ਰਹੇ ਨੇ, ਮਾਲ ਬਣਾਈ ਜਾ ਰਹੇ ਨੇ, ਸਵਾਦ ਲਿਆਈ ਜਾ ਰਹੇ ਨੇ, ਫੁੱਲ ਮਸਤੀ 'ਚ ਨੇ। ਠੰਡ 'ਚ ਫਿਰ ਲੇਟ ਕਵੇਲ ਹੋ ਹੀ ਜਾਂਦੀ ਹੈ, 2 ਵਜੇ ਦਾ ਟਾਈਮ ਦਿੱਤਾ ਸੀ, 2:30 ਹੋ ਗਏ ਨੇ ਅਤੇ ਹਜੇ ਕੁਛ ਦੇਗਾਂ ਰਹਿੰਦੀਆਂ ਨੇ ਤਿਆਰ ਹੋਣ ਵਾਲੀਆਂ। ਖੈਰ ਕੰਮ ਤਾਂ ਸਟਾਰਟ ਹੋ ਸਕਦਾ, 6-7 ਪੱਕ ਗਈਆਂ ਨੇ, ਪਰ ਅਲਬੱਤਾ ਫਿਰ ਵੀ ਉੱਤੇ ਜਿਹੜੀਆਂ ਨੇ ਸੋਚਣ ਨੇ ਇਹਨਾਂ ਦਾ ਕੰਮ ਹੋ ਹੀ ਜਾਏ ਫਿਰ ਸਟਾਰਟ ਹੋ ਜਾਏ। ਮਾਸ਼ਾਅੱਲਾ ਬਹੁਤ ਪਿਆਰਾ ਨਿਜ਼ਾਮ ਮਾਹੌਲ ਬਣਿਆ। ਮਾਸ਼ਾਅੱਲਾ ਰੋਟੀ ਤਿਆਰ ਹੋ ਗਈ ਹੈ, ਲਵਾਉਣ ਲੱਗੇ ਹਾਂ, ਕਲੀਨ ਵਿਛਾਤਾ ਅਤੇ ਟਰੇਵਾਂ ਲਾਵਾਂਗੇ ਹੁਣ। ਕੰਮ ਜਿਵੇਂ ਸਿਆਣੇ ਕਹਿੰਦੇ ਆ ਨਾ, ਕਾਹਲੀ 'ਚ ਕਾਹਲ ਵਾਲਾ ਕੰਮ ਹੋ ਗਿਆ, ਲੇਟ ਬੜੀ ਹੋ ਗਈ, ਤਕਰੀਬਨ 3:15 ਹੋ ਗਏ ਨੇ ਅਤੇ ਰੋਟੀ ਹੁਣ ਚਲਾਉਣ ਲੱਗੇ ਹਾਂ। 2 ਵਜੇ ਦਾ ਟਾਈਮ ਦਿੱਤਾ ਸੀ, ਪੂਰਾ 1 ਘੰਟਾ ਲੇਟ ਹੋ ਗਿਆ। ਫਿਰ ਆਵਾਮ ਤੁਹਾਨੂੰ ਪਤਾ ਸਿਰ ਹੋ ਜਾਂਦੀ, ਬਾਹਰ ਆਉਣਾ ਕਿ ਵੇਖਣ ਡੇ ਨੇ ਭਾਅ ਜੀ ਕਿੰਨੀ ਕੁ ਲੇਟ ਹੈ। ਬਸ ਕੰਮ ਹੋ ਹੀ ਗਿਆ ਤਕਰੀਬਨ, ਹੁਣ ਰੋਟੀ ਲਾਉਣ ਲੱਗੇ ਹਾਂ। ਮੇਰੇ ਧਿਆਨ ਚੈੱਕ ਕਰਾਉਣਾ ਮੈਂ, ਪਲੇਟਾਂ ਰੱਖਣ ਲੱਗ ਪਏ ਜੀ ਮਾਸ਼ਾਅੱਲਾ ਰਾਇਤੇ ਵਾਸਤੇ। ਕੰਮ ਸ਼ੁਰੂ ਹੋਣ ਵਾਲਾ ਤਕਰੀਬਨ 2 ਕੁ ਮਿੰਟਾਂ ਦੀ ਹੁਣ ਲੇਟ ਹੈ। ਸ਼ਾਵਾ ਸ਼ਾਵਾ ਹਿੰਮਤ ਮਾਰੋ ਵੀਰ। ਰਾਇਤਾ ਆ ਗਿਆ ਜੀ, ਹੁਣ ਰਾਇਤੇ ਨਾਲ ਸਲਾਦ ਅਤੇ ਰਾਇਤਾ। ਸੈੱਟ ਵੀ ਚੁੱਕ ਲਿਓ ਯਾਰ ਨਾਲ। ਮਾਸ਼ਾਅੱਲਾ ਜੀ ਰਾਇਤਾ ਲੱਗ ਗਿਆ, ਕੰਮ ਤਕਰੀਬਨ ਤਿਆਰ ਹੈ ਹੁਣ, ਰੈਡੀ। ਅੱਲਾਹ ਦੇ ਹੁਕਮ ਨਾਲ ਬਿਸਮਿਲ੍ਲਾ ਪੜ੍ਹ ਕੇ ਸ਼ੁਰੂ ਹੋ ਗਿਆ ਕੰਮ। ਮਾਸ਼ਾਅੱਲਾ ਤਕਰੀਬਨ ਠੀਕ ਹੀ ਹੈ ਕੰਮ, ਆਵਾਮ ਆਉਣ ਲੱਗ ਪਈ। ਕਿਵੇਂ
ਉਹ ਖੈਰ ਏ ਯਾਰ ਕੱਲ ਅਸੀਂ ਗਏ ਹਾਂ, ਅਸੀਂ ਉੱਥੇ ਵੀ 4 ਵਜੇ ਹੀ ਖਾਧੀ। ਹਾਂ ਥੋੜੇ ਥੋੜੇ ਲਾਈ ਹੁਣ ਤਾਂ ਪੂਰੇ ਪੂਰੇ ਵਾਹ ਵਾਹ ਕੰਮ ਲੱਗ ਪੂਰੇ ਪੂਰੇ ਲਾਈ ਮਾਸ਼ਾਅੱਲਾ ਜੀ। ਸਾਡੇ ਵੇਟਰ ਕੰਮ ਸ਼ੁਰੂ ਕਰ ਗਏ ਨੇ, ਰੋਟੀ ਤਿਆਰ ਹੈ ਮਾਸ਼ਾਅੱਲਾ। ਉਧਰੋਂ ਦੁੱਲੇ ਦੀ ਐਂਟਰੀ ਹੋ ਰਹੀ ਹੈ, ਇੱਧਰ ਅਸੀਂ ਰੋਟੀ ਵਾਲੇ ਪਾਸੇ। ਥੱਲੇ ਮਿੱਠੇ ਚਾਵਲ, ਉੱਤੇ ਰਾਈਸ। ਮਸਲਨ ਅਸੀਂ ਤਾਂ ਜੰਗਲੀ ਪਲਾਓ ਆਖਦੇ ਹਾਂ, ਕਈ ਰਾਈਸ ਆਖਦੇ ਨੇ ਉਹ। ਉੱਤੇ ਗੋਸ਼ਤ ਦੀ ਪਲੇਟ ਟਰੇ ਮਾਸ਼ਾਅੱਲਾ। ਚੱਕਰ ਆ ਮੈਂ ਨਹੀਂ ਆਈ, ਬੜਾ ਜ਼ਬਰਦਸਤ ਕਰਕੇ ਕੰਮ ਤਿਆਰ ਹੈ। ਮਾਸ਼ਾਅੱਲਾ ਜੀ, ਦੁੱਲਾ ਸਾਡਾ ਇੰਟਰ ਹੋ ਗਿਆ, ਕੋਈ ਜ਼ਿਆਦਤੀ ਨਹੀਂ, ਹੋ ਗਿਆ ਕੰਮ, ਰੋਟੀ ਪਾ ਲਈ। ਦੁੱਲਾ ਆ ਗਿਆ ਜੀ, ਆਣ ਕੇ ਬਹਿ ਗਿਆ ਮਾਸ਼ਾਅੱਲਾ। ਹਾਂਜੀ ਅੱਛਾ, ਆ ਮਹਿਮਾਨ ਲੋ ਰੋ ਆਇਆ ਮੁੰਡਾ ਐਨਕਾਂ ਵਾਲਾ। ਮਾਸ਼ਾਅੱਲਾ ਜੀ, ਓਏ ਮੁਮਤਾਜ਼। ਮਾਸ਼ਾਅੱਲਾ ਜੀ, ਰੋਟੀ ਇੰਟਰ ਹੋ ਗਈ। ਮਾਸ਼ਾਅੱਲਾ, ਕੰਮ ਸ਼ੁਰੂ ਹੋ ਗਿਆ ਜੀ, ਰੋਟੀ ਸ਼ੁਰੂ ਹੋ ਗਈ ਹੈ। ਲੋਕ ਲੱਗ ਗਏ ਨੇ ਧੜਾ ਧੜ ਰੋਟੀਆਂ ਨੂੰ, ਕੰਮ ਸਟਾਰਟ ਹੋ ਗਿਆ। ਸ਼ਾਬਾ ਮਾਸ਼ਾਅੱਲਾ, ਬੜਾ ਖੁੱਲ੍ਹਾ ਜਿਹਾ ਹਾਲ ਆਇਆ, ਟੈਨਸ਼ਨ ਨਾ ਆਇਆ। ਮਾਸ਼ਾਅੱਲਾ ਆ ਗਈ, ਹੱਸੋ ਮਾਸ਼ਾਅੱਲਾ। ਚਲੋ ਠੀਕ ਹੈ, ਸ਼ਾਬਾਸ਼, ਰੋਟੀ ਚੱਲ ਰਹੀ ਹੈ ਮਾਸ਼ਾਅੱਲਾ। ਹਾਂਜੀ ਆਬਦ ਮੂਵੀ ਬਣਾ ਲਈ, ਹੁਣ ਮੈਂ ਵੀ ਜੀ ਰੋਟੀ ਖਾਣ। ਵੱਡਾ ਭਾਈ ਸਜਾਦ ਅਤੇ ਗਫਾਰ ਨੇ ਔਂਦਰਾ ਲਿਖਣ ਡੇ। ਖਾਣਾ ਛਾਣਾ ਖਾ ਲਿਆ ਆਵਾਮ ਨੇ, ਸਭ ਘਰੋ ਘਰੀ ਲਿਆਉਂਦਰਾ ਲਿਖ ਰਿਹਾ ਬਾਈ। ਮਾਸ਼ਾਅੱਲਾ ਜੀ, ਆਵਾਮ ਰੋਟੀ ਖਾ ਕੇ ਆਪਣੇ ਘਰੋ ਘਰੀ, ਹਾਲ ਹੋ ਗਿਆ ਹੁਣ ਵਿਹਲਾ। ਹੁਣ ਉਹ ਵਿਹਲੀ ਰੋਟੀ ਖਾ ਰਹੇ ਨੇ ਜਿਹੜੇ ਇੱਥੇ ਵਿਚਾਰੇ ਮੰਗਣ ਮੰਗਣ ਵਾਲੇ ਆਉਂਦੇ ਨੇ, ਆ ਦੋ ਤਿੰਨ ਉਹ ਹੀ ਬੈਠੇ ਜਾਂ ਉਸ ਨੁੱਕਰ 'ਚ ਇੱਕ ਦੋ ਬੈਠੇ।
ਚਲੋ ਮਾਸ਼ਾਅੱਲਾ ਚੰਗੀ ਗੱਲ ਹੈ ਯਾਰ, ਰੋਟੀ ਖਾਣੀ ਚਾਹੀਦੀ। ਹਾਲ ਸਾਡਾ ਹੋ ਗਿਆ ਵਿਹਲਾ, ਆਵਾਮ ਰੋਟੀ ਖਾ ਕੇ ਉਹ ਬਾਹਰ ਭਾਈ ਵੱਡਾ ਨਿਉਂਦਰ ਵਾਲੀ ਖੰਡਿਆ ਆਪਣੇ ਘਰੋਂ ਕਰੀਏ। ਝੜਦੀ ਝੜ ਤੇ ਮੈਂ ਚੋਖਾ ਅਮੀਰ ਹਾਂ, ਮੇਰੇ ਹੱਥ ਆਹ ਪੈਸੇ ਨੇ, ਵਾਹ ਵਾਹ ਸਾਰੇ ਪੈਸੇ ਹੈ। ਨਿਉਂਦਰਾ ਬਹਿ ਕੇ ਲਿਖਣ ਡਿਆ, ਭਾਈ ਵੱਡਾ ਲਿਖਣ ਡਿਆ ਸੀ, ਉਹ ਰੋਟੀ ਖਾਣ ਲੱਗ ਪਿਆ, ਕਹਿੰਦਾ ਹੁਣ ਤੂੰ ਇਹ ਸੀਟ ਸੰਭਾਲ। ਹੁਣੇ ਮੈਂ ਸੰਭਾਲੀ ਸੀਟ ਅਤੇ ਪੈਸੇ ਸਾਰੇ ਮੇਰੇ ਕੋਲ ਨੇ। ਦਿਲ ਤਾਂ ਕਰਦਾ ਰੱਫੂ ਚੱਕਰ ਹੋ ਜਾਵਾਂ, ਮੁੱਕ ਜਾਣ ਅਤੇ ਫਿਰ ਆ ਜਾਵਾਂ, ਬਾਅਦ 'ਚ ਕੁਛ ਨਹੀਂ ਕਹਿੰਦੇ ਹੁੰਦੇ ਵੱਢ ਕੇ। ਖੈਰ ਫੈਂਟਾ ਵੀ ਵਾਹ ਵਾਹ ਲਾਉਂਦੇ ਨੇ ਪਰ ਬੰਦਾ ਫਿਰ ਵੀ ਹਾਲ ਸਾਰਾ ਵੇਖੋ ਉੱਜੜ ਗਿਆ। ਅਤੇ ਦੁਆਵਾਂ 'ਚ ਯਾਦ ਰੱਖਿਆ ਜੇ, ਸਾਡੀ ਵੀਡੀਓ ਨੂੰ ਲਾਜ਼ਮੀ ਲਾਈਕ ਕਰਿਆ ਜੇ, ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਆ ਜੇ, ਅਤੇ ਆਪਣੀ ਮੁਹੱਬਤ ਵਾਲੇ ਕਮੈਂਟ ਸਾਨੂੰ ਸੈਂਡ ਕਰਿਆ ਜੇ, ਤੁਹਾਡੀ ਬੜੀ ਮਿਹਰਬਾਨੀ। ਅਤੇ ਦੁਆਵਾਂ 'ਚ ਯਾਦ ਰੱਖਿਆ ਜੇ। ਅਸਲਾਮ ਵਾਲੇਕੁਮ, ਫੀ ਅਮਾਨ ਅੱਲਾਹ, ਅੱਲਾਹ ਦੇ ਹਵਾਲੇ, ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਮੀਨ।